ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਿੱਖ ਟੀਵੀ। ਮੈਂ ਕਰਨਵੀਰ ਸਿੰਘ। ਸ਼ੁਰੂਆਤ ਕਰਦੇ ਹਾਂ ਦੇਸ਼ ਵਿਦੇਸ਼ ਨਾਲ ਜੁੜੀ ਹੁਣ ਤੱਕ ਦੀਆਂ ਖਾਸ ਖਬਰਾਂ ਦੇ ਨਾਲ। 14 ਖਿਲਾਫ਼ ਪਰਚਾ ਦਰਜ ਕਰਵਾਉਣ ਲਈ ਖਹਿਰਾ ਵੱਲੋਂ DGP ਨੂੰ ਲਿਖਿਆ ਗਿਆ ਸ਼ਿਕਾਇਤ ਪੱਤਰ। ਪੰਜਾਬ ਦੇ ਸਿਆਸੀ ਪਰਿਵਾਰਾਂ ਦੀ ਸ਼ਰੀਕੇਬਾਜ਼ੀ ਦਾ ਅਸਰ ਹੁਣ ਸਰਕਾਰੀ ਕੰਮਾਂ ਉੱਤੇ ਵੀ ਲੱਗਿਆ ਪੈਣ। ਆਂਗਣਵਾੜੀ ਵਰਕਰਾਂ ਨੇ ਖੂਨ ਨਾਲ ਲਿਖ ਕੇ ਦਿੱਤਾ ਸਿੱਖਿਆ ਮੰਤਰੀ ਨੂੰ ਮੰਗ ਪੱਤਰ। ਬਰਤਾਨੀਆ ਵੱਲੋਂ ਵੀਜ਼ੇ ਨਾ ਦੇਣ ਕਾਰਨ 6,080 ਦੇ ਕਰੀਬ ਭਾਰਤੀ ਪੇਸ਼ੇਵਰ ਲੋਕ ਪ੍ਰਭਾਵਿਤ। ਕੈਨੇਡਾ ਦੇ ਅਲਬਰਟਾ ਵਿੱਚ ਸਿੱਖਾਂ ਨੂੰ ਮੋਟਰਸਾਈਕਲ ਚਲਾਉਣ ਵੇਲੇ ਨਹੀਂ ਲੈਣੀ ਪਵੇਗੀ ਹੈਲਮਟ, ਸਿਰਫ ਦਸਤਾਰਧਾਰੀ ਸਿੱਖਾਂ ਲਈ ਹੋਵੇਗਾ ਇਹ ਕਾਨੂੰਨ। ਪਾਕਿਸਤਾਨ ਦੇ ਸਿੱਖਾਂ ਵੱਲੋਂ ਸ਼ਮਸ਼ਾਨ ਘਾਟ ਲਈ ਅਦਾਲਤ ਵਿੱਚ ਪਾਏਗੀ ਪਟੀਸ਼ਨ। ਖੈਬਰ ਪਖਤੂਨਵਾ ਸਰਕਾਰ ਨੂੰ ਸ਼ਮਸ਼ਾਨ ਘਾਟ ਬਣਾਉਣ ਲਈ ਫੰਡ ਜਾਰੀ ਕਰਨ ਦੀ ਕੀਤੀ ਅਪੀਲ। ਪੰਜਾਬ ਪੰਚਾਇਤ ਚੋਣਾਂ 9 ਅਗਸਤ ਤੋਂ ਪਹਿਲਾਂ ਕਰਵਾ ਸਕਦੀ ਹੈ ਸਰਕਾਰ। 285 ਨਵੀਆਂ ਪੰਚਾਇਤਾਂ ਬਣਾਉਣ ਦੀ ਤਜਵੀਜ਼ ਕੀਤੀ ਗਈ ਪੇਸ਼। 3 ਜੁਲਾਈ 2013 ਨੂੰ ਹੋਈਆਂ ਸਨ ਪਿਛਲੀਆਂ ਪੰਚਾਇਤ ਚੋਣਾਂ। ਚੰਡੀਗੜ੍ਹ ਸ਼ਹਿਰ ਦੇਸ਼ ਦੇ 4,000 ਸ਼ਹਿਰਾਂ ਨੂੰ ਪਛਾੜ ਕੇ ਸਫਾਈ ਦੇ ਮਾਮਲੇ ਵਿੱਚ ਆਇਆ 3 ਨੰਬਰ ਉੱਤੇ। ਇੰਦੌਰ ਪਹਿਲੇ ਅਤੇ ਭੋਪਾਲ 2 ਨੰਬਰ ਉੱਤੇ। ਬਠਿੰਡਾ ਅੰਮ੍ਰਿਤਸਰ ਕੌਮੀ ਮਾਰਗ ਉੱਤੇ ਕੇਂਦਰ ਦੀ ਝੰਡੀ ਮਗਰੋਂ ਅੱਜ ਟੋਲ ਪਲਾਜ਼ਾ ਸ਼ੁਰੂ। ਕੇਂਦਰੀ ਮੰਤਰੀ ਨਿਤਿਨ ਗਡਕਰੀ ਹੁਣ ਰਸਮੀ ਉਦਘਾਟਨ ਵਿੱਚ ਨਹੀਂ ਕਰਨਗੇ ਸ਼ਿਰਕਤ। ਹੁਣ ਖਬਰਾਂ ਵਿਸਥਾਰ ਦੇ ਨਾਲ। ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਬੀਤੇ ਦਿਨੀ ਫਿਰੋਜ਼ਪੁਰ ਵਿੱਚ ਕੁਝ ਕਾਂਗਰਸੀ ਵਰਕਰਾਂ ਵੱਲੋਂ ਉਹਨਾਂ ਦੀ ਗੱਡੀ ਘੇਰ ਕੇ ਕੀਤੀ ਗਈ ਬਦਸਲੂਕੀ ਮਾਮਲੇ ਵਿੱਚ DGP ਨੂੰ ਸ਼ਿਕਾਇਤ ਪੱਤਰ ਭੇਜਿਆ ਹੈ। ਉਹਨਾਂ DGP ਸੁਰੇਸ਼ ਅਰੋੜਾ ਨੂੰ ਪੱਤਰ ਭੇਜ ਕੇ 14 ਜਾਣਿਆਂ ਖਿਲਾਫ਼ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ। ਉਹਨਾਂ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਉਹਨਾਂ ਦੀ ਸ਼ਿਕਾਇਤ ਉੱਤੇ ਪਰਚਾ ਦਰਜ ਨਾ ਕੀਤਾ ਤਾਂ ਉਹ ਛੇਤੀ ਹੀ ਫਿਰੋਜ਼ਪੁਰ ਦੇ ਜ਼ਿਲ੍ਹਾ ਪੁਲਿਸ ਕਪਤਾਨ ਦੇ ਦਫ਼ਤਰ ਦੇ ਬਾਹਰ ਧਰਨਾ ਦੇਣਗੇ। ਦੱਸਣਯੋਗ ਹੈ ਕਿ 14 ਮਈ ਨੂੰ ਖਹਿਰਾ ਪਿੰਡ ਝੋਕ ਹਰੀਹਰਾ ਵਿੱਚ 25 ਏਕੜ ਰੌਲੇ ਵਾਲੀ ਜ਼ਮੀਨ ਦੇ ਸੰਬੰਧ ਵਿੱਚ ਮਰਨ ਵਰਤ ਉੱਤੇ ਬੈਠੀਆਂ 2 ਬੀਬੀਆਂ ਨਾਲ ਮੁਲਾਕਾਤ ਕਰਨ ਗਏ ਸਨ ਤਾਂ ਵਿਰੋਧੀ ਧਿਰ ਦੇ ਲੋਕਾਂ ਨੇ ਕੁਝ ਕਾਂਗਰਸੀ ਵਰਕਰਾਂ ਦੀ ਮਦਦ ਨਾਲ ਉਹਨਾਂ ਦੀ ਗੱਡੀ ਨੂੰ ਘੇਰ ਲਿਆ ਅਤੇ ਬਦਸਲੂਕੀ ਕਰਨ ਲੱਗੇ। ਮੌਕੇ ਉੱਤੇ ਮੌਜੂਦ ਪੁਲਿਸ ਮੁਲਾਜ਼ਮ ਜਦੋਂ ਵਿਧਾਇਕ ਖਹਿਰਾ ਦੇ ਬਚਾਅ ਲਈ ਅੱਗੇ ਆਏ ਤਾਂ ਕਾਂਗਰਸੀ ਵਰਕਰਾਂ ਨੇ ਇੱਕ ਸਿਪਾਹੀ ਦੀ ਵੀ ਕੁੱਟਮਾਰ ਕਰ ਦਿੱਤੀ। ਪੰਜਾਬ ਦੇ ਪ੍ਰਮੁੱਖ ਰਾਜਸੀ ਪਰਿਵਾਰਾਂ ਦੀ ਸ਼ਰੀਕੇਬਾਜ਼ੀ ਦਾ ਅਸਰ ਹੁਣ ਪੰਜਾਬ ਸਰਕਾਰ ਦੇ ਕੰਮਾਂ 'ਤੇ ਵੀ ਵੇਖਣ ਨੂੰ ਮਿਲ ਰਿਹਾ ਹੈ। ਸੂਬੇ ਵਿੱਚ 3 ਵੱਡੇ ਸੜਕ ਪ੍ਰੋਜੈਕਟਾਂ ਦੇ ਰੱਖੇ ਜਾਣ ਵਾਲੇ ਨੀਂਹ ਪੱਥਰ ਦੇ ਸਮਾਗਮ ਨੂੰ ਬਾਦਲ ਪਰਿਵਾਰ ਦੀ ਖਾਨਾਜੰਗੀ ਦਾ ਗ੍ਰਹਿਣ ਲੱਗਿਆ ਮੰਨਿਆ ਜਾ ਰਿਹਾ ਹੈ। ਇਸ ਲਈ ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਸਮਾਗਮ ਤੋਂ ਪਹਿਲਾਂ ਹੀ ਪੈਦਾ ਹੋਏ ਬੇਲੋੜੇ ਵਿਵਾਦ ਤੋਂ ਬਚਣ ਲਈ ਪੰਜਾਬ ਫੇਰੀ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਹੈ। ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰਾਲੇ ਦੀ ਮੰਤਰੀ ਸ਼੍ਰੀਮਤੀ ਹਰਸਿਮਰਤ ਬਾਦਲ ਵੱਲੋਂ ਅੰਤਿਮ ਸਮੇਂ ਕਈ ਅਜਿਹੀਆਂ ਸ਼ਰਤਾਂ ਰੱਖ ਦਿੱਤੀਆਂ ਗਈਆਂ ਜਿਸ ਕਾਰਨ ਸ਼੍ਰੀ ਗਡਕਰੀ ਨੇ ਲੰਘੀ 14 ਮਈ ਨੂੰ ਪੰਜਾਬ ਆਉਣ ਦਾ ਪ੍ਰੋਗਰਾਮ ਕੈਂਸਲ ਕਰ ਦਿੱਤਾ। ਸੂਤਰਾਂ ਦਾ ਦੱਸਣਾ ਹੈ ਕਿ ਬਠਿੰਡਾ ਵਿੱਚ ਹੋਣ ਵਾਲੇ ਸਰਕਾਰੀ ਸਮਾਗਮ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਨਾਲ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਵੀ ਬੋਲਵਾਲਾ ਬਾਦਲ ਪਰਿਵਾਰ ਦੇ ਦੂਜੇ ਮੈਂਬਰਾਂ ਨੂੰ ਰੜਕਦਾ ਸੀ। ਪੰਜਾਬ ਸਰਕਾਰ ਵੱਲੋਂ ਸੜਕੀ ਪ੍ਰੋਜੈਕਟਾਂ ਦੇ ਨੀਂਹ ਪੱਥਰ ਲਈ ਕੀਤੇ ਜਾਣ ਵਾਲੇ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਸਨ ਅਤੇ ਇਸ ਲਈ ਸਰਕਾਰ ਨੇ 50 ਲੱਖ ਰੁਪਏ ਵੀ ਖਰਚ ਕੀਤੇ ਸਨ। ਪੰਜਾਬ ਦੇ ਆਂਗਣਵਾੜੀ ਵਰਕਰਾਂ ਨੇ ਸਰਕਾਰ ਦੀਆਂ ਕਾਰਵਾਈ ਤੋਂ ਦੁਖੀ ਹੋ ਕੇ ਖੂਨ ਨਾਲ ਲਿਖਿਆ ਮੰਗ ਪੱਤਰ ਪੰਜਾਬ ਦੇ ਸਿੱਖਿਆ ਮੰਤਰੀ ਨੂੰ ਸੌਂਪਿਆ। ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸੱਦੇ ਉੱਤੇ ਜ਼ਿਲ੍ਹਾ ਇਕਾਈ ਵੱਲੋਂ ਸਿੱਖਿਆ ਮੰਤਰੀ OP ਸੋਨੀ ਦੀ ਕੋਠੀ ਦਾ ਘਿਰਾਓ ਕੀਤਾ ਅਤੇ ਖੂਨ ਨਾਲ ਲਿਖਿਆ ਮੰਗ ਪੱਤਰ ਉਹਨਾਂ ਨੂੰ ਸੌਂਪਿਆ। ਸਰਕਟ ਹਾਊਸ ਵਿਖੇ ਮੰਤਰੀ ਨਾਲ ਬੇਸਿੱਟਾ ਰਹੀ ਮੀਟਿੰਗ ਉਪਰੰਤ ਯੂਨੀਅਨ ਦੀ ਸੂਬਾ ਪ੍ਰਧਾਨ ਵੱਲੋਂ ਰੋਸ ਧਰਨਾ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਇਸ ਮੌਕੇ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਸਰਕਾਰ ਨੇ ਵਰਕਰਾਂ ਦੀਆਂ ਮੰਗਾਂ ਨੂੰ ਵਿਚਾਰਨਾ ਤਾਂ ਦੂਰ, ਸਗੋਂ ਉਲਟਾ ਪੰਜਾਬ ਪੁਲਿਸ ਨੇ ਰੋਸ ਪ੍ਰਦਰਸ਼ਨ ਕਰ ਰਹੀਆਂ ਵਰਕਰਾਂ ਅਤੇ ਹੈਲਪਰਾਂ ਉੱਤੇ ਤਸੱਦ ਕਰਕੇ ਉਹਨਾਂ ਨੂੰ ਥਾਣਿਆਂ ਵਿੱਚ ਬੰਦ ਕਰ ਦਿੱਤਾ। ਇਸ ਦੌਰਾਨ ਸਿੱਖਿਆ ਮੰਤਰੀ ਨਾਲ ਮੀਟਿੰਗ ਬੇਸਿੱਟਾ ਰਹਿਣ ਉਪਰੰਤ ਉਹਨਾਂ ਕਿਹਾ ਕਿ ਸ਼੍ਰੀ ਸੋਨੀ ਵੱਲੋਂ ਵਰਕਰਾਂ ਦੀ ਕੋਈ ਮਨਵੀ ਮੰਗੀ ਨਹੀਂ ਗਈ। ਬਰਤਾਨੀਆ ਸਰਕਾਰ ਵੱਲੋਂ ਵੀਜ਼ੇ ਨਾ ਦੇਣ ਕਰਕੇ ਭਾਰਤ ਦੇ ਡਾਕਟਰ, ਇੰਜੀਨੀਅਰ ਅਤੇ IT ਪੇਸ਼ੇਵਰ ਲੋਕ ਕਾਫੀ ਪ੍ਰਭਾਵਿਤ ਹੋ ਰਹੇ ਨੇ। ਇਹਨਾਂ ਵਿੱਚ ਉਹ 6,080 ਲੋਕ ਸ਼ਾਮਲ ਨੇ ਜਿਨ੍ਹਾਂ ਕੋਲ ਬਰਤਾਨੀਆ ਦੇ ਜੌਬ ਕਾਰਡ ਤਾਂ ਹਨ ਪਰ ਉਹਨਾਂ ਨੂੰ ਦਸੰਬਰ 2017 ਤੋਂ ਬਰਤਾਨੀਆ ਸਰਕਾਰ ਨੇ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਅੱਜ ਜਾਰੀ ਅੰਕੜਿਆਂ ਅਨੁਸਾਰ ਬਰਤਾਨੀਆ ਵੱਲੋਂ 1 ਸਾਲ ਵਿੱਚ ਵੀਜ਼ਿਆਂ ਦੀ ਗਿਣਤੀ ਕਾਫੀ ਘਟਾ ਦਿੱਤੀ ਗਈ ਹੈ ਜਿਸ ਕਰਕੇ ਭਾਰਤੀ ਲੋਕ ਕਾਫੀ ਪ੍ਰਭਾਵਿਤ ਹੋ ਰਹੇ ਨੇ। ਬਰਤਾਨੀਆ ਦੇ ਗ੍ਰਹਿ ਵਿਭਾਗ ਨੇ ਯੂਰਪੀਅਨ ਯੂਨੀਅਨ ਤੋਂ ਬਾਹਰ ਦੇ ਪੇਸ਼ੇਵਰ ਲੋਕਾਂ ਨੂੰ ਨੌਕਰੀਆਂ ਦੇਣ ਕਰਕੇ ਨੌਕਰੀਆਂ ਵਿੱਚ ਦਿੱਕਤ ਆ ਰਹੀ ਹੈ। ਜਾਰੀ ਅੰਕੜਿਆਂ ਅਨੁਸਾਰ ਭਾਰਤ ਦੇ ਪੇਸ਼ੇਵਰ 57% ਵੀਜ਼ੇ ਲੈ ਕੇ ਸਭ ਤੋਂ ਅੱਗੇ ਨੇ ਪਰ ਨਵੇਂ ਨਿਯਮਾਂ ਦੀ ਮਾਰ ਕਾਰਨ ਉਹਨਾਂ ਨੂੰ ਵੀਜ਼ਾ ਨਹੀਂ ਮਿਲ ਰਿਹਾ। ਅੱਜ ਦੇ ਪੰਜਾਬੀ ਬੁਲੇਟਿਨ ਵਿੱਚ ਇੰਨਾ ਹੀ। ਤੁਸੀਂ ਦੇਖਦੇ ਹੋ ਸਿੱਖ ਟੀਵੀ ਅਤੇ ਮੈਨੂੰ ਦਿਓ ਇਜਾਜ਼ਤ। ਧੰਨਵਾਦ। 14 ਖਿਲਾਫ਼ ਪਰਚਾ ਦਰਜ ਕਰਵਾਉਣ ਲਈ ਖਹਿਰਾ ਵੱਲੋਂ DGP ਨੂੰ ਲਿਖਿਆ ਗਿਆ ਸ਼ਿਕਾਇਤ ਪੱਤਰ। ਪੰਜਾਬ ਦੇ ਸਿਆਸੀ ਪਰਿਵਾਰਾਂ ਦੀ ਸ਼ਰੀਕੇਬਾਜ਼ੀ ਦਾ ਅਸਰ ਹੁਣ ਸਰਕਾਰੀ ਕੰਮਾਂ ਉੱਤੇ ਵੀ ਲੱਗਿਆ ਪੈਣ। ਆਂਗਣਵਾੜੀ ਵਰਕਰਾਂ ਨੇ ਖੂਨ ਨਾਲ ਲਿਖ ਕੇ ਦਿੱਤਾ ਸਿੱਖਿਆ ਮੰਤਰੀ ਨੂੰ ਮੰਗ ਪੱਤਰ।
ਬ੍ਰਿਟਾਨੀਆ ਵੱਲੋਂ ਵੀਜ਼ੇ ਨਾ ਦੇਣ ਕਾਰਨ 6,080 ਦੇ ਕਰੀਬ ਭਾਰਤੀ ਪੇਸ਼ੇਵਰ ਲੋਕ ਪ੍ਰਭਾਵਿਤ। ਕੈਨੇਡਾ ਦੇ ਅਲਬਰਟਾ ਵਿੱਚ ਸਿੱਖਾਂ ਨੂੰ ਮੋਟਰਸਾਈਕਲ ਚਲਾਉਣ ਵੇਲੇ ਨਹੀਂ ਲੈਣੀ ਪਵੇਗੀ ਹੈਲਮਟ, ਸਿਰਫ ਦਸਤਾਰਧਾਰੀ ਸਿੱਖਾਂ ਲਈ ਹੋਵੇਗਾ ਇਹ ਕਾਨੂੰਨ। ਪਾਕਿਸਤਾਨ ਦੇ ਸਿੱਖਾਂ ਵੱਲੋਂ ਸ਼ਮਸ਼ਾਨ ਘਾਟ ਲਈ ਅਦਾਲਤ ਵਿੱਚ ਪਾਈ ਗਈ ਪਟੀਸ਼ਨ। ਖੈਬਰ ਪਖਤੂਨਵਾ ਸਰਕਾਰ ਨੂੰ ਸ਼ਮਸ਼ਾਨ ਘਾਟ ਬਣਾਉਣ ਲਈ ਫੰਡ ਜਾਰੀ ਕਰਨ ਦੀ ਕੀਤੀ ਅਪੀਲ। ਪੰਜਾਬ ਪੰਚਾਇਤ ਚੋਣਾਂ 9 ਅਗਸਤ ਤੋਂ ਪਹਿਲਾਂ ਕਰਵਾ ਸਕਦੀ ਹੈ ਸਰਕਾਰ। 285 ਨਵੀਆਂ ਪੰਚਾਇਤਾਂ ਬਣਾਉਣ ਦੀ ਤਜਵੀਜ਼ ਕੀਤੀ ਗਈ ਪੇਸ਼। 3 ਜੁਲਾਈ 2013 ਨੂੰ ਹੋਈਆਂ ਸਨ ਪਿਛਲੀਆਂ ਪੰਚਾਇਤ ਚੋਣਾਂ। ਚੰਡੀਗੜ੍ਹ ਸ਼ਹਿਰ ਦੇਸ਼ ਦੇ 4,000 ਸ਼ਹਿਰਾਂ ਨੂੰ ਪਛਾੜ ਕੇ ਸਫਾਈ ਦੇ ਮਾਮਲੇ ਵਿੱਚ ਆਇਆ 3 ਨੰਬਰ ਉੱਤੇ, ਇੰਦੌਰ ਪਹਿਲੇ ਅਤੇ ਭੋਪਾਲ 2 ਨੰਬਰ ਉੱਤੇ। ਬਠਿੰਡਾ ਅੰਮ੍ਰਿਤਸਰ ਕੌਮੀ ਮਾਰਗ ਉੱਤੇ ਕੇਂਦਰ ਦੀ ਝੰਡੀ ਮਗਰੋਂ ਅੱਜ ਟੋਲ ਪਲਾਜ਼ਾ ਸ਼ੁਰੂ। ਕੇਂਦਰੀ ਮੰਤਰੀ ਨਿਤਿਨ ਗਡਕਰੀ ਹੁਣ ਰਸਮੀ ਉਦਘਾਟਨ ਵਿੱਚ ਨਹੀਂ ਕਰਨਗੇ ਸ਼ਿਰਕਤ। ਇਹ ਸਨ ਹੁਣ ਤੱਕ ਦੀਆਂ ਖਾਸ ਖ਼ਬਰਾਂ, 'ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਸੁਰਖੀਆਂ 'ਤੇ।